वेलकम बैक टू न्यू अदर ब्लॉग गाइस। ते अज दे ब्लॉग ते आपां चले आं जी रामदास गुरुद्वारे। ते ब्लॉग बड़ा घेंट होण वाला वा, तुसीं ब्लॉग नूं पूरा वेखणा वा। ते बाकी वीडियो नूं लाइक कर दिया करो ते चैनल नूं कर दो सबसक्राइब। जल्दी जल्दी बन के कर दो फिर आपां केक कट करांगे, हुंदा वी ब्लॉग आऊगा ते बाकी होर वी वधिया वधिया ब्लॉग आउणगे। ते चैनल नूं कर दो सबसक्राइब ते वीडियो नूं कर दो लाइक ते कमेंट ते शेयर ना करना भुल्लिओ। ਅਤੇ ਹੁਣ ਆਪਾਂ ਚੱਲਦੇ ਹਾਂ, ਤੁਹਾਨੂੰ ਰਾਹ 'ਚ ਸਾਰਾ ਵਿਖਾਉਂਦੇ ਹਾਂ। ਅਤੇ ਲਓ ਜੀ ਆਪਾਂ ਤੁਰ ਚੁੱਕੇ ਹਾਂ ਘਰੋਂ ਅਤੇ ਗੱਡੀ ਆ ਸਫਾਰੀ ਅਤੇ ਮੈਂ ਬੈਠਾ ਸਭ ਤੋਂ ਐਂਡ 'ਤੇ ਅਤੇ ਮਜ਼ਾ ਬੜਾ ਆਉਣ ਡਿਆ ਵਾ। ਬਾਕੀ ਅੱਗੇ ਜਾ ਕੇ ਤੁਹਾਨੂੰ ਵਿਖਾਉਂਦੇ ਸਾਰਾ। ਲਓ ਜੀ ਪਹੁੰਚ ਚੁੱਕੇ ਹਾਂ ਆਪਾਂ ਰਮਦਾਸ ਗੁਰਦੁਆਰੇ ਅਤੇ ਆਹ ਵੇਖੋ ਸਰੋਵਰ ਅਤੇ ਇੱਧਰ ਖਲੋਤੀ ਸਾਡੀ ਗੱਡੀ ਅਤੇ ਬਾਕੀ ਤੁਹਾਨੂੰ ਅੰਦਰ ਜਾ ਕੇ ਵਿਖਾਵਾਂਗੇ। ਐਂ ਬੱਦਲ ਬੁੱਦਲ ਜੇ ਬੜੇ ਘੈਂਟ ਅੱਜ ਅਤੇ ਚਲੋ ਅੰਦਰ ਜਾ ਕੇ ਵਿਖਾਉਂਦੇ। ਲਓ ਜੀ ਆਪਾਂ ਆ ਗਏ ਗੁਰਦੁਆਰੇ ਦੇ ਅੰਦਰ ਅਤੇ ਉਹ ਪਰੇ ਹੈਗਾ ਇੱਕ ਮੰਦਿਰ ਵੀ ਅਤੇ ਆਹ ਵਾ ਗੁਰਦੁਆਰਾ ਰਮਦਾਸ। ਇੱਕ ਪਰੇ ਦੂਜਾ ਹੋਰ ਗੁਰਦੁਆਰਾ ਹੈਗਾ ਵਾ, ਇੱਕ ਉਹ ਲਾਗੇ ਤਿਆਰ ਹੋਣ ਡਿਆ ਗੁਰਦੁਆਰਾ। ਅਤੇ ਹੁਣ ਮੱਥਾ ਟੇਕ ਕੇ ਅਤੇ ਚੱਲਦੇ ਹਾਂ ਫਿਰ ਦੂਜੇ ਗੁਰਦੁਆਰੇ, ਉੱਥੇ ਪਾਰਕ ਪੂਰਕ ਵੀ ਹੈਗੀ ਆ, ਤੁਹਾਨੂੰ ਸਾਰਾ ਕੁਝ ਵਿਖਾਵਾਂਗੇ। ਬਾਕੀ ਐਂ ਮੌਸਮ ਬੜਾ ਘੈਂਟ ਆ, ਮਜ਼ਾ ਆਉਣ ਡਿਆ ਪੂਰਾ। ਲਓ ਜੀ ਇੱਧਰ ਤਾਂ ਹੋਣ ਡਿਆ ਇਸ਼ਨਾਨ, ਆਪਾਂ ਪੰਜ ਇਸ਼ਨਾਨਾਂ ਹੀ ਕਰ ਲਈਆਂ ਵਾ। ਅਤੇ ਬਾਕੀ ਐਂ ਸਰੋਵਰ ਬੜਾ ਵੱਡਾ ਵਾ ਅਤੇ ਪਾਣੀ ਵੀ ਠੀਕ ਜਿਹਾ ਹੀ ਆ। ਲਓ ਜੀ ਬਾਬੇ ਨੇ ਦੇ ਤਾ ਲੱਡੂ ਦਾ ਪ੍ਰਸ਼ਾਦ ਅਤੇ ਬਹੁਤਾ ਹੀ ਸਵਾਦ ਲੱਗਦਾ ਮੈਨੂੰ। ਲਓ ਜੀ ਆ ਗਏ ਆਪਾਂ ਦੂਜੇ ਗੁਰਦੁਆਰੇ ਅਤੇ ਇੱਧਰ ਲੱਗੀਆਂ ਫੋਟੋਆਂ ਪਾਰਕ ਦੀਆਂ, ਜੋ ਜੋ ਪਾਰਕ 'ਚ ਲੱਗਾ ਸੀ ਪਹਿਲਾਂ ਹੀ ਹੁਣ ਤਾਂ ਚੁੱਕ ਚੱਕ ਦਿੱਤਾ ਵਾ। ਅਤੇ ਬਾਕੀ ਇੱਧਰਲੇ ਬੰਨੇ ਆ ਪਾਰਕ ਅਤੇ ਆ ਇੱਕ ਹੋਰ ਫੋਟੋਆਂ ਲੱਗੀਆਂ ਦੋ ਫੁੱਲਾਂ ਫੁੱਲਾਂ ਦੀਆਂ। ਅਤੇ ਇੱਧਰਲੇ ਬੰਨੇ ਆ ਪਾਰਕ, ਉੱਧਰ ਗਮਲੇ ਗਮਲੇ ਰੱਖੇ ਆ ਅਤੇ ਹੋਰ ਵੀ ਬੜੀ ਤਕੜੀ ਪਾਰਕ ਆ, ਸਫਾਈ ਸਫੂਈ ਹੋਣ ਡੀ ਅਤੇ ਪੂਰੀ ਵਿਖਾਉਂਦਾ ਤੁਹਾਨੂੰ। ਆਹ ਦੇਖੋ ਇੱਧਰ ਇੱਧਰ ਜਾਂਦੇ ਹਾਂ ਮੱਥਾ ਟੇਕ ਕੇ। ਤੀਸਰੇ ਗੁਰਦੁਆਰੇ ਅਤੇ ਇੱਥੇ ਲੰਗਰ ਲੁੰਗਰ ਛਕਾਂਗੇ। ਬਾਕੀ ਇਹ ਗੁਰਦੁਆਰੇ ਬਾਬਾ ਬੁੱਢਾ ਜੀ ਦਾ ਸੰਸਕਾਰ ਹੋਇਆ ਸੀ ਅਤੇ ਉੱਧਰ ਆ ਲੰਗਰ ਹਾਲ ਅਤੇ ਇੱਧਰ ਆ ਸਰੋਵਰ ਅਤੇ ਤੁਹਾਨੂੰ ਵਿਖਾਉਂਦੇ ਹਾਂ। ਬਾਕੀ ਮੱਥਾ ਮੁੱਥਾ ਟੇਕ ਕੇ ਫਿਰ ਛਕਾਂਗੇ ਲੰਗਰ।
लो जी आ जे गुरद्वारा, बाबा वड्डा गुरद्वारा वा, थल्ले भी मत्था टेकते हैं हुण ते फिर छकांगे लंगर। बाकी व्यू बड़ा घेंट आउन डिया वा। लो जी इत्थे होया है बाबा जी का संस्कार, ते इत्थे आ जोत जगाउंदे आ, ते बाकी आ हूँ शकल लगी है लोग कद इतों ला लिया मस्ती। बर्तन तो लिया मित्रों मंदिर हाल देखा लेंगे। तो लो मित्रों हूँ आप शकल लगे हैं लंगर, तो लंगर छक के मिलते हैं। चलो मित्रों हूँ आप जाए जी घर, तो व्यू चैक करो बाकी बदल बुदल किन्ने घंटा सामने गड्डी भजाई पूरी 120 ते हूँ तू घर जाके मिलेंगे। बाकी थोड़ा ही रह गया हूँ इतों, तो फिर तुम मिलते हैं। लो गाइस हूँ आप आ गए घर, तो किदा का लगा तुम ब्लॉग लाइक कमेंट शेयर करके दस्यो, तो मिलते हैं किसी नवे ब्लॉग में। थैंक्स फॉर वॉचिंग। चलो ठीक।